ਦੋਸਤੋ, ਕੋਰੋਨਾ ਵਾਇਰਸ ਪੂਰੇ ਵਿਸ਼ਵ 'ਚ ਜਿੱਥੇ ਮਹਾਂਮਾਰੀ ਬਹੁਤ ਤੇਜ਼ੀ ਨਾਲ ਵੱਧ ਰਹੀ ਆ, ਉੱਥੇ ਭਾਰਤ ਅਤੇ ਪੰਜਾਬ 'ਚ ਵੀ ਬਹੁਤ ਸਾਰੇ ਹੋਰ ਮਰੀਜ਼ ਪਾਏ ਗਏ ਆ। ਇਹਨੂੰ ਦੇਖਦੇ ਹੋਏ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਅਤੇ ਸਾਡੇ ਰਾਸ਼ਟਰੀ ਅਧਿਅਕਸ਼ ਭਾਰਤੀ ਜਨਤਾ ਪਾਰਟੀ ਦੇ JP ਨੱਡਾ ਜੀ ਨੇ ਜਿਹੜੇ ਦਿਸ਼ਾ ਨਿਰਦੇਸ਼ ਦਿੱਤੇ ਆ, ਉਹਨੂੰ ਦੇਖਦੇ ਹੋਏ ਅੱਜ ਅਸ਼ਵਨੀ ਸ਼ਰਮਾ ਜੀ ਨੇ ਸਾਡੇ ਸਾਰੇ ਪੰਜਾਬ ਦੇ ਪ੍ਰਮੁੱਖ ਲੀਡਰ ਸਾਹਿਬਾਨਾਂ ਨਾਲ ਅਤੇ ਜ਼ਿਲ੍ਹਾ ਪ੍ਰਧਾਨਾਂ ਨਾਲ ਸਾਰਿਆਂ ਨਾਲ ਗੱਲਬਾਤ ਕੀਤੀ ਅਤੇ ਉਹਨਾਂ ਨੂੰ ਕਿਹਾ ਕਿ ਤੁਸੀਂ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਦੀ ਮਦਦ ਕਰੋ। ਇਹਦੇ ਵਿੱਚ ਸਾਡੇ ਸਮੁੱਚੇ ਵਰਕਰ ਜਿੰਨੇ ਵੀ ਲੱਗੇ ਆ, ਕਿਉਂਕਿ ਮੈਂ ਕਨਵੀਨਰ ਆ, ਮੇਰੇ ਨਾਲ ਮਲਵਿੰਦਰ ਕੰਗ ਜੀ ਜੋ ਜਨਰਲ ਸੈਕਟਰੀ ਪੰਜਾਬ ਦੇ ਅਤੇ ਨਾਲ ਉਹਨਾਂ ਦੇ ਰਵਿੰਦਰ ਅਰੋੜਾ ਜੀ, ਇਹ ਮੇਰੇ ਨਾਲ ਕੋ ਕਨਵੀਨਰ ਦੇ ਰੂਪ 'ਚ ਕੰਮ ਕਰ ਰਹੇ ਆ। ਅਸੀਂ ਡੇਲੀ ਕਈ ਵਾਰੀ ਰਿਪੋਰਟ ਲੈਂਦੇ ਹਾਂ ਕਿ ਜ਼ਿਲ੍ਹਿਆਂ 'ਚ ਸਮੱਸਿਆ ਆ ਰਹੀ ਆ। ਸਾਨੂੰ ਕੱਲ੍ਹ ਵੀ ਪਤਾ ਲੱਗਾ ਲੁਧਿਆਣੇ ਕੁਛ ਲੇਬਰ ਰੁਕੀ ਆ, ਰਾਜਪੁਰੇ ਸੀ, ਜਲੰਧਰ ਸਟੇਸ਼ਨ ਦੇ ਲੱਗੇ ਸੀ ਅਤੇ ਇਸੇ ਤਰ੍ਹਾਂ ਮੋਹਾਲੀ, ਜਿੱਥੇ ਜਿੱਥੇ ਸਾਨੂੰ ਕੇਂਦਰ ਵੱਲੋਂ ਫੋਨ ਆਉਂਦੇ ਉੱਥੇ ਅਸੀਂ ਵਰਕਰ ਭੇਜ ਕੇ ਉਹਨਾਂ ਨੂੰ ਲੰਗਰ ਪਹੁੰਚਾਉਣ ਦੀ ਪੂਰੀ ਕੋਸ਼ਿਸ਼ ਕਰਦੇ ਹਾਂ, ਲੰਗਰ ਪਹੁੰਚ ਰਿਹਾ। ਅਤੇ ਸਾਡੇ ਨਾਲ ਜਿੰਨੀਆਂ ਵੀ ਜਥੇਬੰਦੀਆਂ ਸਮਾਜਿਕ, ਧਾਰਮਿਕ, ਸੰਤ ਮਹਾਂਪੁਰਸ਼ ਅਤੇ ਜਾਂ ਹੋਰ ਸਮਾਜਿਕ ਲੀਡਰ ਜਿੰਨੇ ਵੀ ਲੱਗੇ ਆ, ਉਹਨਾਂ ਸਾਰਿਆਂ ਦਾ ਧੰਨਵਾਦ ਆ। ਅਤੇ ਪਰ ਮੈਂ ਲੋਕਾਂ ਨੂੰ ਅਪੀਲ ਕਰਦਾ, ਤੁਸੀਂ ਜਿੱਥੇ ਵੀ ਇਸ ਵੇਲੇ ਰੁਕੇ ਆ ਉੱਥੇ ਹੀ ਰੁਕੇ ਰਹੋ। ਹੱਥ ਜੋੜ ਕੇ ਬੇਨਤੀ ਆ ਕਿ ਇਹ ਤੁਸੀਂ ਇੱਧਰ ਉੱਧਰ ਨਾ ਜਾਓ, ਘਰਾਂ 'ਚ ਰਹੋ ਤਾਂ ਜੋ ਇਹ ਬਿਮਾਰੀ ਤੋਂ ਪੂਰੇ ਭਾਰਤ ਅਤੇ ਪੰਜਾਬ ਨੂੰ ਛੁਟਕਾਰਾ ਮਿਲ ਸਕੇ। ਇਹਦੇ ਦਾ ਇੱਕੋ ਇੱਕ ਹੱਲ ਆ ਕਿ ਤੁਸੀਂ ਆਪਣੇ ਆਪਣੀ ਜਗ੍ਹਾ 'ਤੇ ਆਪਣੇ ਆਪਣੇ ਘਰ ਦੇ ਵਿੱਚ ਰਹੋ ਤਾਂ ਜੋ ਇਸ ਤੋਂ ਬਚਿਆ ਜਾ ਸਕੇ। ਅਤੇ ਦੂਸਰਾ, ਪ੍ਰਸ਼ਾਸਨ ਨੂੰ ਮੈਂ ਬੇਨਤੀ ਕਰਦਾ ਕਿ ਇੱਕ ਸਾਨੂੰ ਜਾਣਕਾਰੀ ਜਿਹੜੀ ਪ੍ਰਾਪਤ ਹੋਈ ਆ ਕਿ ਬਹੁਤ ਥਾਵਾਂ 'ਤੇ ਉਹ ਸਬਜ਼ੀਆਂ ਦੇ ਜਾਂ ਸਮਾਨ ਦੇ ਰੇਟ ਬਹੁਤ ਦੁਕਾਨਦਾਰ ਲੈ ਰਹੇ ਆ। ਪ੍ਰਸ਼ਾਸਨ ਨੇ ਇੱਕ ਲਿਸਟ ਵੀ ਜਾਰੀ ਕੀਤੀ ਆ, ਪਰੰਤੂ ਉਹ 'ਤੇ ਇੰਪਲੀਮੈਂਟ ਨਹੀਂ ਹੋ ਰਿਹਾ। ਉਹਨੂੰ ਜਰਾ ਜ਼ਰੂਰ ਸਾਰੇ ਪ੍ਰਸ਼ਾਸਨ ਹਰੇਕ ਜ਼ਿਲ੍ਹੇ 'ਤੇ ਇਹ 'ਤੇ ਧਿਆਨ ਦੇਵੇ ਤਾਂ ਜੋ ਲੋਕਾਂ ਨੂੰ ਵੱਧ ਰੇਟ 'ਤੇ ਲੋਕਾਂ ਨੂੰ ਲੁੱਟਿਆ ਨਾ ਜਾ ਸਕੇ ਇਸ ਦੁੱਖ ਦੀ ਘੜੀ 'ਚ। ਇੱਕ ਪਾਸੇ ਤਾਂ ਸਾਡੇ ਪੰਜਾਬ ਦੇ ਬਹੁਤ ਸਾਰੇ ਲੋਕ ਸੇਵਾ ਕਰ ਰਹੇ ਆ, ਦੂਸਰੇ ਪਾਸੇ ਲੁੱਟ ਖਸੱਟ ਚੱਲ ਰਹੀ ਆ, ਇਹਦਾ ਵੀ ਦੇਖਿਆ ਜਾਵੇ। ਦੂਸਰਾ, ਇੱਕ ਪੂਰੇ ਪੰਜਾਬ 'ਚ ਸਕੂਲ ਚਾਲੂ ਨਹੀਂ ਹੋਏ, ਬਹੁਤ ਸਾਰੇ ਸਕੂਲਾਂ ਨੇ ਫੀਸਾਂ ਮੰਗੀਆਂ, ਇਹਦੇ ਬਾਰੇ ਵੀ ਧਿਆਨ ਦਿੱਤਾ ਜਾਵੇ। ਪਹਿਲਾਂ ਵੀ ਮੈਂ ਇੱਕ ਬੇਨਤੀ ਕੀਤੀ ਸੀ ਪ੍ਰਸ਼ਾਸਨ ਨੂੰ ਕਿ ਜਿੰਨੇ ਦਿਨ ਬੰਦ ਰਹਿੰਦਾ ਉਨੇ ਦਿਨ ਦੀ ਬਿਜਲੀ ਪਾਣੀ ਮਾਫ ਕੀਤਾ ਜਾਵੇ। ਉਹ ਵੀ ਜ਼ਰੂਰ ਸਰਕਾਰ, ਪੰਜਾਬ ਸਰਕਾਰ, ਕੈਪਟਨ ਸਰਕਾਰ ਨੂੰ ਅਸੀਂ ਅਪੀਲ ਕਰਦੇ ਹਾਂ ਕਿ ਸਾਰੇ ਲੋਕਾਂ ਨੂੰ ਸਹੂਲਤਾਂ ਦਿੰਦੇ ਹੋਏ ਜਿੰਨੇ ਦਿਨ ਦਾ ਉਹਨਾਂ ਦਾ ਬੰਦ ਆ ਉਨੇ ਦਿਨ ਦਾ ਬਿਜਲੀ ਪਾਣੀ ਅਤੇ ਬਾਕੀ ਟੈਕਸ ਜੋ ਬਣਦਾ ਉਹਨਾਂ ਨੂੰ ਛੱਡਿਆ ਜਾਵੇ ਤਾਂ ਜੋ ਉਹਨਾਂ ਦੇ ਬਿਜਨਸ ਉਨੇ ਦਿਨ ਬੰਦ ਆ, ਉਨੇ ਦਿਨ ਦਾ ਰੁਜ਼ਗਾਰ ਬੰਦਾ, ਉਹਨਾਂ ਨੂੰ ਸਹੂਲਤ ਦਿੱਤੀ ਜਾਵੇ। ਦੂਜੀ, ਜਿੰਨੀ ਲੇਬਰ ਉਹਨਾਂ ਲੋਕਾਂ ਤੱਕ ਵੀ ਰਾਹਤ ਜਲਦੀ ਤੋਂ ਜਲਦੀ ਪ੍ਰਸ਼ਾਸਨ ਪਹੁੰਚਾਵੇ, ਕਿਤੇ ਪਾਰਦਰਸ਼ਤਾ ਨਾਲ ਹੀ ਕੰਮ ਕਰੇ, ਕਿਤੇ ਪਾਰਟੀ ਵਾਲੇ ਜੀ ਦੇਖਦੇ ਹੋਏ ਮੈਨੂੰ ਕਈ ਜਗ੍ਹਾ 'ਤੇ ਇਹ ਵੀ ਸ਼ਿਕਾਇਤਾਂ ਮਿਲੀਆਂ ਕਿ ਉਹ ਪਹਿਲਾਂ ਪਾਰਟੀ ਦੇਖਦੇ ਜਿਹਨਾਂ ਕੋਲ ਪਹਿਲਾਂ ਰਾਸ਼ਨ ਆ ਉਹਨਾਂ ਨੂੰ ਭੇਜਿਆ ਜਾ ਰਿਹਾ। ਇਹੋ ਜਿਹੀ ਸ਼ਿਕਾਇਤ ਨਾ ਆਵੇ, ਹਰੇਕ ਇਸ ਵੇਲੇ ਲੋੜ ਦੀ ਜਿਹੜੇ ਸੰਕਟ ਦੀ ਘੜੀ ਆ, ਜਿਹੜੇ ਲੋੜਵੰਦ ਲੋਕ ਆ ਉਹਨਾਂ ਨੂੰ ਪਹਿਲਾਂ ਰਾਸ਼ਨ ਪਹੁੰਚਾਓ, ਜਿਹੜੇ ਫਸੇ ਹੋਏ ਰਸਤੇ 'ਚ ਉਹਨਾਂ ਦੀ ਦੇਖਭਾਲ ਕੀਤੀ ਜਾਵੇ। ਮੈਂ ਕਾਰਜਕਰਤਾ ਜਿੰਨੇ ਵੀ ਲੱਗੇ ਆ, MP ਸਾਹਿਬਾਨ, MLA ਸਾਹਿਬਾਨ, ਸਾਬਕਾ MP ਸਾਹਿਬਾਨ, ਮੌਜੂਦਾ MP, MLA ਸਾਰੇ ਜਿੰਨੇ ਵੀ ਆ, ਅਤੇ ਖਾਸ ਕਰ ਕੌਂਸਲਰ ਅਤੇ ਪੰਚ, ਸਰਪੰਚ, ਜ਼ਿਲ੍ਹਾ ਪ੍ਰੀਸ਼ਦ ਮੈਂਬਰ, ਬਲਾਕ ਸੰਮਤੀ ਮੈਂਬਰ, ਜਿੰਨੇ ਪਾਰਟੀ ਨਾਲ ਵਰਕਰ ਜੁੜੇ ਆ, ਸਾਰਿਆਂ ਦਾ ਧੰਨਵਾਦ ਕਰਦਾ। ਜ਼ਿਆਦਾ ਤੋਂ ਜ਼ਿਆਦਾ ਇਹ 'ਚ ਆਪਾਂ ਸਹਿਯੋਗ ਕਰਨਾ। ਇੱਕ ਕੇਂਦਰ ਵੱਲੋਂ ਜਿਹੜੀ ਸਾਨੂੰ ਅਪੀਲ ਆ, ਉਹ ਮੈਂ ਸਾਰੇ ਵਰਕਰਾਂ ਨੂੰ ਅੱਜ ਪੰਜਾਬ ਪ੍ਰਧਾਨ ਜੀ ਨੇ ਵੀ ਕਿਹਾ, ਮੈਂ ਆਪਣੇ ਵੱਲੋਂ ਵੀ ਕਹਿ ਰਿਹਾ ਕਿ ਤੁਸੀਂ ਜਿਹੜਾ PM ਕੇਅਰ ਫੰਡ ਆ ਬਣਾਇਆ ਪ੍ਰਧਾਨ ਮੰਤਰੀ ਸਾਹਿਬ ਨੇ, ਇਹ ਕੋਰੋਨਾ ਦੇ ਬਿਮਾਰੀ ਦੇ ਰਾਹਤ ਲਈ ਫੰਡ ਬਣਾਇਆ, ਉਹਦੇ ਵਿੱਚ ਆਪਣਾ ਆਪਣਾ ਵੀ ਯੋਗਦਾਨ ਅਤੇ ਬਾਕੀਆਂ ਦਾ ਪੰਜਾਬ ਭਰ ਤੋਂ ਯੋਗਦਾਨ, ਜਿੰਨਾ ਵੀ ਕੋਈ ਪਾਉਣਾ ਚਾਹੁੰਦਾ ਪਾਵੇ, ਚਾਹੇ ਕੋਈ NRI ਭਰਾ ਆ, ਚਾਹੇ ਕੋਈ ਇੱਧਰ ਬੈਠਾ ਕੋਈ ਸਮਾਜਿਕ ਜਥੇਬੰਦੀ ਆ, ਸਾਰੇ ਜਣੇ ਇਹਦੇ ਵਿੱਚ ਜ਼ਿਆਦਾ ਤੋਂ ਜ਼ਿਆਦਾ ਯੋਗਦਾਨ ਪਾਓ।
ਤਾਂ ਜੋ ਸਾਡੇ ਭਾਰਤ ਨੂੰ ਸਾਡੇ ਪੰਜਾਬ ਨੂੰ ਇਸ ਮਹਾਮਾਰੀ ਤੋਂ ਬਚਾਇਆ ਜਾ ਸਕੇ। ਅਸੀਂ ਇਸ ਦੁੱਖ ਦੀ ਘੜੀ 'ਚ ਸਾਰੇ ਇੱਕ ਹੋ ਕੇ ਅਸੀਂ ਸਰੀਰਕ ਦੂਰੀ ਬਣਾਈਏ, ਸਮਾਜਿਕ ਇਕੱਠੇ ਹੋ ਕੇ ਇਸ ਦੂਰੀ ਤੋਂ ਬਚਿਆ ਜਾਵੇ, ਅਸੀਂ ਇੱਕ ਦੇਸ਼ ਇੱਕ ਸਟੇਟ ਨੂੰ ਸਾਰਿਆਂ ਨੂੰ ਬਚਾਈਏ। ਧੰਨਵਾਦ। ਜੈ ਭਾਰਤ, ਜੈ ਹਿੰਦ।